ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਕਾਰਨ ਲਗਾਤਾਰ ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਰੂਪਨਗਰ ਪੁਲਿਸ ਨੇ ਸਖ਼ਤੀ ਕਰਦੇ ਹੋਏ ਚਲਾਨ ਕੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਵਾਲੇ ਸਿਰਫਿਰਿਆਂ ਖਿਲਾਫ਼ ਵੀ ਸਖ਼ਤੀ ਵਰਤਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਅਸੀਂ ਜਿਹੜਾ ਇਸ ਵੇਲੇ ਜਿਹੜੇ ਸਕੂਲ ਦੇ ਛੁੱਟੀਆਂ ਦਾ ਟਾਈਮ ਹੈ ਜਾਂ ਜਿਹੜੇ ਸਕੂਲ ਜਦੋਂ ਲੱਗਦੇ ਸਵੇਰ ਦੇ ਟਾਈਮ ਅਤੇ ਇਸ ਵੇਲੇ ਜਦੋਂ ਸਕੂਲ ਛੁੱਟੀ ਹੁੰਦੀ ਹੈ ਉਦੋਂ ਆਮ ਕਰਕੇ ਸ਼ਿਕਾਇਤਾਂ ਮਿਲਦੀਆਂ ਨੇ ਵੀ ਸਕੂਲਾਂ ਦੇ ਬਾਹਰ ਜਿਹੜੇ ਹੈ ਅਵਾਰਾਗਰਦੀ ਜਿਹੜੀ ਹੁੰਦੀ ਹੈ ਮੁੰਡੇ ਵਗੈਰਾ ਘੁੰਮਦੇ ਆ ਮੋਟਰਸਾਈਕਲਾਂ 'ਤੇ। ਅਸੀਂ ਉਹਨਾਂ ਨੂੰ ਨੱਥ ਪਾਉਣ ਵਾਸਤੇ ਅੱਜ ਅਸੀਂ ਹੁਣ ਜਿਹੜੀ ਅੱਜ ਤੋਂ ਹੀ ਅਸੀਂ ਸਪੈਸ਼ਲ ਕੰਪੇਨਿੰਗ ਚਲਾਈ ਹੈ। ਸਵੇਰੇ ਟਾਈਮ ਔਰ ਦੁਪਹਿਰ ਟਾਈਮ ਜਦੋਂ ਛੁੱਟੀ ਹੁੰਦੀ ਹੈ ਅਸੀਂ ਵੱਧ ਤੋਂ ਵੱਧ ਚਲਾਨ ਕੱਟ ਰਹੇ ਹਾਂ। ਹੁਣ ਵੀ ਅਸੀਂ ਲਗਭਗ 20 ਤੋਂ 25 ਦੇ ਕਰੀਬ ਚਲਾਨ ਕੱਟੇ ਹੈ ਅਤੇ ਜਿਹੜੇ ਆਸੇ ਪਾਸੇ ਜਿਹੜੇ ਮੁੰਡੇ ਘੁੰਮਦੇ ਆ ਉਹ ਸਾਰੇ ਸ਼ਹਿਰ 'ਚ ਅਸੀਂ ਮੈਸੇਜ ਦੇ ਦਿੱਤਾ ਅਤੇ ਇੱਦਾਂ ਦੀ ਕੋਈ ਵੀ ਜਿਹੜੀ ਹੈ ਅਵਾਰਾਗਰਦੀ ਸਕੂਲ ਟਾਈਮ ਦੇ ਵਿੱਚ ਨਹੀਂ ਚੱਲਣ ਦੀ ਜਾਊਗੀ, ਖਾਸ ਕਰਕੇ ਲੜਕੀਆਂ ਦੇ ਜਿੱਥੇ ਸਕੂਲ ਵਗੈਰਾ ਨੇ ਜਾਂ ਕਾਲਜਿਸ ਵਗੈਰਾ ਨੇ। ਸੋ ਇਹ ਸਾਰੇ ਸ਼ਹਿਰ ਅਸੀਂ ਜ਼ਿਲ੍ਹੇ ਦੇ ਵਿੱਚ ਹੀ ਚਲਾਵਾਂਗੇ। ਇਹ ਸਾਨੂੰ SSP ਸਾਹਿਬ ਰੋਪੜ ਸ਼੍ਰੀ ਰਾਜਬਚਨ ਸਿੰਘ ਸੰਧੂ ਉਹਨਾਂ ਵੱਲੋਂ ਸਖ਼ਤ ਹਦਾਇਤ ਕੀਤੀ ਹੈ ਕਿ ਤੁਸੀਂ ਜਿਹੜਾ ਇਹਨੂੰ ਨੱਥ ਪਾਉਣੀ ਹੈ। ਅਸੀਂ ਜਿਹੜੇ ਇਸ ਟਾਈਮ 'ਤੇ ਜਦੋਂ ਛੁੱਟੀਆਂ ਹੁੰਦੀਆਂ ਮੁੰਡੇ ਆਮ ਕਰਕੇ ਸ਼ਰਾਰਤ ਕਰਦੇ ਪਟਾਕੇ ਵਗੈਰਾ ਵਜਾਉਂਦੇ, ਅਸੀਂ ਮੋਟਰਸਾਈਕਲ ਕਾਫੀ ਕਾਬੂ ਕੀਤੇ ਹੈ, ਉਹਨਾਂ ਦੇ ਸਲੰਸਰ ਵਗੈਰਾ ਜਿਹੜੇ ਆ ਉਹਨਾਂ ਦੇ ਲੁਆ ਰਹੇ ਹਾਂ ਅਤੇ ਇਸ ਤੋਂ ਇਲਾਵਾ ਜਿਹੜਾ ਪਾਵਰ ਜਿਹੜੇ ਹਾਰਨ ਵਗੈਰਾ ਹੁੰਦੇ ਨੇ ਇਹ ਵਰਤਦੇ ਆ, ਇਹ ਸਾਰੇ ਅਸੀਂ ਲੁਆ ਕੇ ਸਾਰਿਆਂ ਦੇ ਖਿਲਾਫ਼ ਕਾਰਵਾਈ ਕਰ ਰਹੇ ਹਾਂ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।